ਅੰਮਾ ਹਲੀਮਾ ਫਰਮਾਉਂਦੀਆਂ ਨੇ, ਇੱਕ ਦਿਨ ਮੈਂ ਬਨੂ ਸਾਹਿਬ ਦੀ ਗਲੀ ਦੇ ਅੰਦਰ ਜਾ ਰਹੀ ਹਾਂ। ਫਰਮਾਉਂਦੀਆਂ ਨੇ ਮੈਂ ਸੁਣਿਆ ਅਚਾਨਕ ਦੋ ਕੁੜੀਆਂ ਖੜੀ ਹੋ ਕੇ ਗੱਲਾਂ ਪੀਆਂ ਕਰਦੀਆਂ ਨੇ। ਅੰਮਾ ਹਲੀਮਾ ਫਰਮਾਉਂਦੀਆਂ ਨੇ ਮੈਂ ਗੁਜ਼ਰ ਰਹੀ ਹਾਂ ਅਤੇ ਉਹ ਆਪਸ ਦੇ ਅੰਦਰ ਗੱਲਾਂ ਕਰ ਰਹੀਆਂ ਨੇ। ਇੱਕ ਬੋਲ ਕੇ ਕਹਿੰਦੀ ਹੈ ਵੀ ਸੁਣਿਆ ਮਦੀਨੇ ਅੰਦਰ ਕੋਈ ਰਸੂਲ ਆਇਆ, ਦੂਜੀ ਬੋਲ ਕੇ ਕਹਿੰਦੀ ਹੈ ਨਹੀਂ ਮੈਂ ਤੇ ਸੁਣਿਆ। ਉਹ ਇਸ਼ਾਰਾ ਕਰੇ ਤੇ ਚੰਦ ਦੇ ਦੋ ਟੁਕੜੇ ਹੋ ਜਾਂਦੇ ਨੇ। ਇੱਕ ਬੋਲ ਕੇ ਕਹਿੰਦੀ ਹੈ ਨਹੀਂ ਮੈਂ ਤੇ ਸੁਣਿਆ, ਉਹ ਪੱਥਰਾਂ ਨੂੰ ਵੀ ਕਲਮੇ ਪੜਾ ਦਿੰਦਾ। ਇੱਕ ਕਹਿੰਦੀ ਹੈ ਨਹੀਂ ਮੈਂ ਤੇ ਸੁਣਿਆ, ਉਹ ਇਸ਼ਾਰਾ ਕਰੇ ਤੇ ਦਰਖਤ ਤੁਰ ਕੇ ਉਹਦੀ ਖਿਦਮਤ ਦੇ ਅੰਦਰ ਹਾਜ਼ਰ ਹੋ ਜਾਂਦੇ ਨੇ। ਅੰਮਾ ਹਲੀਮਾ ਫਰਮਾਉਂਦੀਆਂ ਨੇ ਮੈਂ ਸੁਣਦੀ ਜਾਵਾਂ ਤੇ ਟੁਰਦੀ ਜਾਵਾਂ ਤੇ ਅਚਾਨਕ ਇੱਕ ਕੁੜੀ ਬੋਲ ਕੇ ਕਹਿੰਦੀ ਹੈ ਨੀ ਮੈਂ ਸੁਣਿਆ ਉਹਦਾ ਨਾਮ ਮੁਹੰਮਦ ਹੈ, ਨੀ ਮੈਂ ਸੁਣਿਆ ਉਹਦਾ ਨਾਮ ਮੁਹੰਮਦ ਹੈ। ਅੰਮਾ ਹਲੀਮਾ ਫਰਮਾਉਂਦੀਆਂ ਨੇ ਮੈਂ ਅਚਾਨਕ ਉਸ ਜਗ੍ਹਾ ਦੇ ਉੱਤੇ ਖੜੀ ਹੋ ਗਈ, ਇਸ ਤਰ੍ਹਾਂ ਖੜੀ ਹੋ ਗਈ ਜਿਸ ਤਰ੍ਹਾਂ ਕਿਸੇ ਨੇ ਮੇਰੇ ਪੈਰਾਂ ਦੇ ਅੰਦਰ ਜ਼ੰਜੀਰ ਪਾ ਦਿੱਤੇ ਨੇ। ਫਰਮਾਉਂਦੀਆਂ ਨੇ ਮੇਰੇ ਦਿਲ ਦੇ ਅੰਦਰ ਖਿਆਲ ਆਇਆ ਨੀ ਹਲੀਮਾ ਇਹ ਤੇ ਤੇਰੇ ਪੁੱਤਰ ਦੀਆਂ ਪਈਆਂ ਗੱਲਾਂ ਕਰਦੇ ਨੇ। ਆ ਫਰਮਾਉਂਦੀਆਂ ਨੇ ਮੈਨੂੰ ਆਪਣੇ ਪੁੱਤਰ ਦੀ ਯਾਦ ਆਈ, ਮੈਂ ਉਸੇ ਪੈਰੀ ਵਾਪਸ ਮੁੜੀ, ਮੈਂ ਕਿਹਾ ਜੇ ਆਪਣੇ ਪੁੱਤਰ ਨੂੰ ਮਿਲਣਾ ਆਵਾਂ। ਅੰਮਾ ਹਲੀਮਾ ਫਰਮਾਉਂਦੀਆਂ ਨੇ ਮੈਂ ਮਦੀਨੇ ਵੱਲ ਸਫ਼ਰ ਸ਼ੁਰੂ ਕੀਤਾ, ਇੱਧਰ ਕਮਲੀ ਵਾਲੇ ਮਕਾਮੇ ਯੁਗਾਨਾ ਦੇ ਉੱਤੇ ਸਹਾਬਾ ਨੂੰ ਗੋਸ਼ਤ ਤਕਸੀਮ ਕਰ ਰਹੇ ਨੇ ਤੇ ਮਾਈ ਨੇ ਜਿੰਦੇ ਐਵੇਂ ਦੂਰੋਂ ਮੋਰ ਮੁੜਿਆ ਨਾ ਤੇ ਕਮਲੀ ਵਾਲੇ ਨੇ ਜਦੋਂ ਮਾਈ ਨੂੰ ਵੇਖਿਆ ਤੇ ਸਾਹਾਬਾ ਫਰਮਾਉਂਦੇ ਨੇ ਕਮਲੀ ਵਾਲੇ ਇਸ ਤਰ੍ਹਾਂ ਉੱਠ ਕੇ ਖੜੇ ਹੋ ਗਏ ਜਿਸ ਤਰ੍ਹਾਂ ਸਾਨੂੰ ਜਾਣਦੇ ਹੀ ਕੋਈ ਨਹੀਂ। ਫਰਮਾਉਂਦੇ ਨੇ ਕਮਲੀ ਵਾਲੇ ਉੱਠ ਕੇ ਟੁਰ ਪਏ, ਜਾ ਕੇ ਕਮਲੀ ਵਾਲੇ ਨੇ ਮਾਈ ਨੂੰ ਜੱਫਾ ਮਾਰ ਲਿਆ, ਕਮਲੀ ਵਾਲੇ ਵੀ ਰੋਣ ਲੱਗ ਪਏ, ਮਾਈ ਵੀ ਰੋਣ ਲੱਗ ਪਈ। ਕਮਲੀ ਵਾਲੇ ਜਿਸ ਟਾਈਮ ਮਾਈ ਨੂੰ ਲੈ ਕੇ ਵਾਪਸ ਆਪਣੀ ਜਗ੍ਹਾ ਤੇ ਤਸ਼ਰੀਫ ਲੈ ਕੇ ਆਏ, ਮਾਈ ਪੈਣ ਲੱਗੀ ਕਮਲੀ ਵਾਲੇ ਨੇ ਆਪਣੀ ਕਮਲੀ ਵਿਛਾ ਦਿੱਤੀ, ਮਾਈ ਹਜ਼ੂਰ ਦੀ ਕਮਲੀ ਮੁਬਾਰਕ ਤੇ ਬੈਠ ਗਈ। ਕਮਲੀ ਵਾਲੇ ਮਾਈ ਦੇ ਸਾਹਮਣੇ ਤਹਿਆਤ ਦੀ ਸ਼ਕਲ ਦੇ ਅੰਦਰ ਬੈਠ ਗਏ। ਕਮਲੀ ਵਾਲੇ ਨੇ ਆਪਣੀਆਂ ਨਿਗਾਹਾਂ ਝੁਕਾ ਲਈਆਂ, ਸਾਹਬਾ ਫਰਮਾਉਂਦੇ ਨੇ ਪਿਆਰ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਗੱਲਾਂ ਕਰਦਿਆਂ ਕਰਦਿਆਂ ਮਾਈ ਦਾ ਜਦੋਂ ਦਿਲ ਕਰਦਾ ਕਮਲੀ ਵਾਲੇ ਦਾ ਮੱਥਾ ਹੀ ਚੁੰਮ ਲੈਂਦੀ ਏ। ਹੁਣ ਸਾਹਬਾ ਇੱਕ ਦੂਸਰੇ ਵੱਲ ਵੇਖ ਰਹੇ ਨੇ, ਕਿੰਨੀ ਅਜ਼ਮਤ ਤਾਂ ਵਾਲੀ ਮਾਈ ਏ ਜਿਹਦੇ ਜੋੜਿਆਂ ਨੂੰ ਅਰਸ਼ ਤਰਸਦਾ ਏ, ਮਾਈ ਉਹਦਾ ਮੱਥਾ ਹੀ ਚੁੰਮੀ ਜਾਂਦੀ ਏ। ਕਮਲੀ ਵਾਲੇ ਨੇ ਮਾਈ ਦੀਆਂ ਬਚਪਨ ਦੀਆਂ ਗੱਲਾਂ ਸ਼ੁਰੂ ਕੀਤੀਆਂ, ਮਾਈ ਨੇ ਕਮਲੀ ਵਾਲੇ ਦੀ ਬਚਪਨ ਦੀਆਂ ਗੱਲਾਂ ਸ਼ੁਰੂ ਕੀਤੀਆਂ। ਸਾਹਬਾ ਫਰਮਾਉਂਦੇ ਨੇ ਅਸੀਂ ਕਮਲੀ ਵਾਲੇ ਨੂੰ ਚੰਦ ਦੇ ਦੋ ਟੁਕੜੇ ਕਰਦਿਆਂ ਵੇਖਿਆ, ਪੱਥਰਾਂ ਨੂੰ ਕਲਮਾ ਪੜਦਿਆਂ ਅਸਾਂ ਵੇਖਿਆ, ਪਰ ਹਜ਼ੂਰ ਦਾ ਬਚਪਨ ਅਸਾਂ ਨਹੀਂ ਵੇਖਿਆ। ਸਾਹਬਾ ਫਰਮਾਉਂਦੇ ਨੇ ਅਸੀਂ ਬੜੇ ਜ਼ੋਕ ਦੇ ਨਾਲ ਕਮਲੀ ਵਾਲੇ ਦਾ ਬਚਪਨ ਦੀਆਂ ਗੱਲਾਂ ਸੁਣ ਰਹੇ ਹਾਂ, ਕਮਲੀ ਵਾਲੇ ਦੀਆਂ ਬਚਪਨ ਦੀਆਂ ਗੱਲਾਂ ਸੁਣ ਰਹੇ ਹਾਂ। ਮਾਈ ਗੱਲਾਂ ਕਰਦੀ ਕਰਦੀ ਅਚਾਨਕ ਉੱਠ ਕੇ ਖੜੀ ਹੋ ਗਈ, ਅਰਜ਼ ਕਰਦੀ ਏ ਸੁਣਿਆ ਮੈਂ ਚੱਲਨੀ ਹਾਂ। ਮੇਰੇ ਕਮਲੀ ਵਾਲੇ ਨੇ ਮਾਈ ਨੂੰ ਦਿਰਮ ਤੇ ਦਿਨਾਰ ਵੀ ਅਤਾ ਕੀਤੇ, ਕਮਲੀ ਵਾਲੇ ਨੇ ਮਾਈ ਨੂੰ 40 ਬੱਕਰੀਆਂ ਵੀ ਅਤਾ ਕੀਤੀਆਂ। ਮਾਈ ਦੇ ਨਾਲ ਕਮਲੀ ਵਾਲੇ ਵੀ ਉੱਠ ਕੇ ਟੁਰ ਪਏ, ਕਮਲੀ ਵਾਲੇ ਵੀ ਟੁਰ ਪਏ ਦੂਰ ਜਾ ਕੇ। ਮਾਈ ਕਹਿੰਦੀ ਏ ਕਮਲੀ ਵਾਲੇ ਆ ਮੈਂ ਚੱਲਨੀ ਆ। ਮੇਰੇ ਕਮਲੀ ਵਾਲੇ ਰੋਣ ਲੱਗ ਪਏ, ਅਰਜ਼ ਕੀਤੀ ਅੰਮਾ ਮੇਰੀ ਮਾਂ ਕੋਈ ਨਹੀਂ, ਅੰਮਾ ਕਦੀ ਕਦੀ ਆ ਜਾਇਆ ਕਰੋ। ਅੰਮਾ ਜੀ ਜਦੋਂ ਦੁਨੀਆਂ ਵਾਲੀਆਂ ਮਾਵਾਂ ਆਪਣੇ ਬੱਚਿਆਂ ਨੂੰ ਭੁਲਾਉਂਦੀਆਂ ਨੇ, ਅੰਮਾ ਜੀ ਮੈਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ ਹੈ। ਮਾਈ ਨੇ ਕਮਲੀ ਵਾਲੇ ਨੂੰ ਜੱਫਾ ਮਾਰ ਲਿਆ, ਮਾਈ ਵੀ ਰੋਣ ਲੱਗ ਪਈ, ਕਮਲੀ ਵਾਲੇ ਵੀ ਰੋਣ ਲੱਗ ਪਏ। ਮਾਈ ਕਹਿੰਦੀ ਏ ਸੋਹਣਿਆ ਰੋ ਨਾ, ਮੈਂ ਆਉਂਦੀ ਜਾਂਦੀ ਰਵਾਂ।
कमली वाले रोना मैं आती जाती रवांगी। कमली वाले ने माई नू विद्या किया, कमली वाले ने माई नू विद्या किया, माई जान लगी। कमली वाले माई दी कंड वेखदे रे, माई जद दूर चली गई। कमली वाले वापस तशरीफ लैके आए, कमली वाले वापस तशरीफ लैके आए। साहबा ने आखिया कमली वाले आए माई कौन सी, कमली वाले माई कौन सी। कमली वाले ने फरमाया साहबा इस माई दियां बड़िया शाना ने, अर्ज कीती कमली वाले शाना बड़िया ने, अर्ज कीती कमली वाले जिदे जोड़िया नू अर्श तरसदा है, माई उदा मत्था ही चुमी जांदी है। साहबा पुछदे ने कमली वाले माई कौन सी, कमली वाले ने फरमाया साहबा इस माई दियां ऐनिया शाना ने, मैं नबियां दा इमाम होके इस माई दियां बकरियां चारदारियां। फरमाया मैं नबियां दा इमाम होके इस माई दियां बकरियां चारदा रहा वा। अल्लाह अकबर कबीरा। ईमान वाले हो, कमली वाले दी रजाई मां आई, आपने किन्ना अदब कीता, किन्ना एहतराम कीता। तेकर कमली वाले दी अपनी मां जांदी सोना किन्ना अदब करदा, सोना किन्ना एहतराम करदा। अल्लाह अकबर कबीरा। क्या मुकद्दर तेरे सैयदाया मीना, क्या मुकद्दर तेरे सैयदाया मीना, तेरी गोदी में नबियों का सुल्तान